ਸ੍ਰੀ ਅਕਾਲ ਨਮਸਤੇ ਆਦਾਬ ਤੇ ਸ਼ੁਰੂ ਕਰਦੇ ਹਾਂ ਇਹ ਵਲੌਗ ਲਾਜਵਾਬ ਆਪਣਾ ਸੈਕਿੰਡ ਡੇ ਆ ਕਣਕ ਵੱਢਣ ਦਾ ਦੋ ਤਿੰਨ ਦਿਨ ਹੋ ਗਏ ਮੌਸਮ ਖਰਾਬ ਚੱਲ ਰਿਹਾ ਸੀਗਾ ਮੀਂਹ ਵੀ ਆ ਗਿਆ ਸੀ ਤਾਂ ਕਰਕੇ ਆਪਣਾ ਵੀ ਕਣਕ ਨਹੀਂ ਵੱਢੀ ਜਾ ਗਈ ਪਰ ਅੱਜ ਆਪਣੀ ਕੰਬਾਈਨ ਆ ਰਹੀ ਆ ਅਤੇ ਕਰਦੇ ਹਾਂ ਸ਼ੁਰੂ ਤਿਆਰੀ ਅਤੇ ਟਰਾਲੀ ਜੋੜਦੇ ਹਾਂ ਅਤੇ ਫਿਰ ਚੱਲਦੇ ਹਾਂ ਠੇਕੇ ਵਾਲੇ ਵਾਹਣ 'ਚ ਦੇਖੋ ਦੋਸਤੋ ਜਿਹੜੀ ਪਹਿਲਾਂ ਬਣਾਈ ਸੀਗੀ ਤੂੜੀ ਮਸ਼ੀਨ ਵਾਲਿਆਂ ਨੇ ਇੱਦਾਂ ਛੱਡਤੀ ਸੀ ਸਾਰੀ ਕਣਕ ਬਿਲਕੁਲ ਜਮ੍ਹਾਂ ਵੀ ਨਹੀਂ ਉਹ ਹੋਈ ਸੀਗੀ ਸਾਰੀ ਬਿਲਕੁਲ ਇੱਕਦਮ ਜਮ੍ਹਾਂ ਸਾਰੀ ਆਹ ਦੇਖੋ ਦੇਖੋ ਸਾਰੀ ਉਵੇਂ ਹੀ ਪਈ ਹੈ ਜਮ੍ਹਾਂ ਕਣਕ ਭੋਰਾ ਨਹੀਂ ਵੱਢੀ ਸੀ ਜਮ੍ਹਾਂ ਚੱਕੀ ਨਹੀਂ ਸੀ ਕਣਕ ਜਮ੍ਹਾਂ ਵੀ ਭੋਰਾ ਵੀ ਨਹੀਂ ਕਣਕ ਚੱਕੀ ਸੀ ਢੇਰੀਆਂ ਦੇ ਥੱਲੇ ਦੇਖੀਏ ਜਮ੍ਹਾਂ ਉਵੇਂ ਪਈ ਹੈ ਜਿਵੇਂ ਹੁਣ ਆਹ ਦੇਖੋ ਆਹ ਸਾਰੀ ਉਵੇਂ ਉਵੇਂ ਦੀ ਉਵੇਂ ਪਈ ਹੈ ਕਣਕ ਸਾਰੀ ਸਾਰੀ ਕਣਕ ਉਵੇਂ ਪਈ ਹੈ
ਚਲੋ ਮਾੜੀ ਮੋਟੀ ਤਾਂ ਚੱਲ ਬਈ ਰਹਿ ਵੀ ਜਾਂਦੀ ਹੈ ਨਾ ਡਿੱਗੀ ਕਣਕ ਹੈ ਨਾ, ਪਰ ਇੰਨੀ ਥੋੜ੍ਹੀ ਹੁੰਦੀ ਹੈ ਯਾਰ ਤੇ ਪੂਰਾ ਵੀ ਨਹੀਂ ਚੱਕੀ ਕਣਕ ਜਾਵਾਂ ਜਾਵਾਂ ਪੂਰਾ ਨਹੀਂ ਚੱਕੀ। ਚਾਚਾ ਲਈ ਆਉਂਦਾ ਭਰਲੀ ਟਰਾਲੀ ਅਤੇ ਬਸ ਹੁਣ ਘਰ ਲੈ ਕੇ ਚੱਲਿਆ, ਅਸੀਂ ਉਹਨੇ ਉਹ ਕਣਕ ਵੱਢਣ ਲੱਗ ਗਏ ਚਾਚੇ ਕੀ। ਲਓ ਦੋਸਤੋ, ਚਾਚੇ ਵਰਗਿਆਂ ਦੀ ਕਣਕ ਵੱਢੀ ਜਾ ਰਹੀ ਆ, ਇਸ ਤੋਂ ਬਾਅਦ ਉੱਥੇ ਜਾਊਗੀ ਆਪਣੇ। ਇੱਥੇ ਚਾਚੇ ਸੀਗਾ 2 ਕਿੱਲੇ ਸੀਗੇ, ਇੱਥੇ 1.5 ਕਿੱਲਾ ਆ, 1/2 ਕਿੱਲਾ ਉੱਧਰ ਆ, ਉਹ ਵੱਢ ਕੇ ਅਤੇ ਆਪਣੇ ਵਾਲੇ ਟਰੈਕਟਰ 'ਚ ਪਾ ਕੇ ਲੈ ਕੇ ਜਾਣੀ ਆ। ਉਹਨਾਂ ਦਾ ਟਰੈਕਟਰ ਦੂਜਾ ਛੋਟਾ ਚਾਚਾ ਲੈ ਕੇ ਗਿਆ ਵੀ ਆ, ਉਹ ਤੂੜੀ ਢੋਈ ਜਾਂਦਾ ਹੈਗਾ। ਅਤੇ ਚਲੋ ਦੇਖ ਦਿਓ ਫਿਰ। 2000 years later. ਸਤਿ ਸ਼੍ਰੀ ਅਕਾਲ ਦੋਸਤੋ, ਗਵਾਂਢੀਆਂ ਦੀ ਕਣਕ ਵੱਢੀ ਜਾਂਦੇ ਆ। ਡੈਡੀ ਨੇ ਕਣਕ ਸਾਰੀ ਬਾਹਰ ਲਾ ਤੀ, ਹੁਣ ਉਹ ਅੰਦਰ ਕਰਾਂਗੇ ਜਾ ਕੇ, ਅਤੇ ਆ ਜਾਓ ਫਿਰ ਕਰੀਏ ਅੰਦਰ।